पंजाब दीयां समुच्चियां किसान जथेबंदियां दे सच्चे ते मोदी सरकार वल्लों पास कीते किसान विरोध के किसान जथेबंदियां वल्लों केंद्र सरकार किसान संघर्षशील की रुख अख्तियार मजदूर जथेबंदियां ने केंद्र सरकार के खिलाफ जगह जगह रोस मुजारे परीकी दिनाल खबर जानने दे लई तलवंडी चैनल नु लाइक ते सब्सक्राइब जरूर करो। मुकम्मल बंद करके फेसबुक पेज चा मुजाहरा खबरनामा नु भी जरूर लाइक करो, जिस विच आसपास दे करीब हर एक पिंड दे लोकां ने हजारां दी तादाद विच हिस्सा लिया ते केंद्र सरकार तों किसान विरोधी बिल वापस करवाउण नु मुच दा सवाल बनाया। इस मौके वख-वख किसान जथेबंदियां दे आगूआं ने की कहा ओह वी तुहानू दिखा देंगे। क्यों ना मैं कोई मंडी खरीद हटावा ना मैं हो। रामकरण सिंह रामा, हाँ जी, मुख्य सकत्तर जनरल पंजाब भारतीय किसान यूनियन लखोवाल। की कह कहना चाहते हो अज संघर्ष लाया तुसीं? अज जिहड़ा साडा ये संघर्ष है, ये साडा 31 किसान जथेबंदियां संघर्ष है, जिन्हों सारे ही जिन्नियां भी इत्थे जथेबंदियां जां पंजाब च जिन्ने भी वासी आ पंजाब दे किसे भी जाति नाल धर्म नाल संबंध रखदे सारयां दी हमायत है। ते अज पंजाब बनदे सद्दे ते असीं सारे पंजाब दे विच हजारां ताईं सड़कां जाम करके ते पंजाब बंद दे इहनूं असीं अज सफल बना रहे हैं, क्योंकि पंजाब बंद दा इक्को मतलब है जिहड़ा केंद्र की सरकार प्रधानमंत्री नरेंद्र मोदी ने तीन आर्डीनेंस लैके आते ना, तिने आर्डीनेंस ਉਹ ਕਿਸਾਨ ਮਾਰੂਆ, ਮਜ਼ਦੂਰ ਮਾਰੂਆ, ਆੜ੍ਹਤੀਆ ਮਾਰੂਆ ਔਰ ਪੰਜਾਬ ਮਾਰੂਆ। ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਸ ਕਰ ਰਹੇ ਹਾਂ ਵੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਇਹ ਆਰਡੀਨੈਂਸ ਤਿੰਨੇ ਕਿਸਾਨਾਂ ਨੁਕਸਾਨ ਕਰਨਗੇ। ਹਾਂਜੀ, ਕੀ ਨਾਮ ਸਾਡਾ, ਕਿਹੜੀ ਜਥੇਬੰਦੀਆਂ ਬੰਦੀਆਂ? ਭਾਕਰ ਸਿੰਘ ਨੰਬਰਦਾਰ, ਪੰਜਾਬ ਨੰਬਰਦਾਰ ਤਹਿਸੀਲ ਤਲਵੰਡੀ ਸਾਬੋ। ਕੀ ਕਹਿਣਾ ਚਾਹੁੰਦੇ ਅੱਜ ਸੰਘਰਸ਼ ਸੰਬੰਧੀ? ਅਸੀਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਬਿੱਲ ਲਿਆਂਦੇ ਗਏ ਨੇ, ਉਹਨਾਂ ਦੇ ਖਿਲਾਫ ਜੋ ਕਿਸਾਨ ਯੂਨੀਅਨ ਵੱਲੋਂ ਧਰਨਾ ਲਾਇਆ ਗਿਆ ਉਹਦੇ ਸਮਰਥਨ 'ਚ ਅਸੀਂ ਆਏ ਹਾਂ ਔਰ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ। ਪੂਰੇ ਨੰਬਰਦਾਰ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹਾ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਵੀ ਕਿੰਨੇ ਬਿੱਲ ਇਹ ਜਿਹੜੇ ਰੱਦ ਕੀਤੇ ਜਾਣ। ਇਹ ਕਿਸਾਨ ਵਿਰੋਧੀ ਹੈ, ਵਪਾਰੀ ਵਿਰੋਧੀ ਹੈ, ਮਜ਼ਦੂਰ ਵਿਰੋਧੀ ਹੈ, ਇਸ ਨਾਲ ਸਾਰੇ ਵਰਗਾਂ ਦਾ ਜਿਹੜਾ ਨੁਕਸਾਨ ਹੋਣਾ ਹੈ ਇਹ ਬਹੁਤ ਮਾੜੇ ਬਿੱਲ ਨੇ। ਇਹਨਾਂ ਦੇ ਸ਼ਮ ਸਿੰਘ ਤੇ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ, ਸੰਘਰਸ਼ ਜਾਰੀ ਹੈ, ਕੀ ਕਹਿਣਾ ਚਾਹੁੰਦੇ? ਮੈਂ ਪਹਿਲਾਂ ਤਾਂ ਸਲਾਮ ਕਰਨਾ ਚਾਹੁੰਦਾ ਕਿ ਜਿਹੜੀਆਂ 31 ਜਥੇਬੰਦੀਆਂ ਨੇ ਉਹ ਇੱਕ ਮੰਚ ਤੇ ਇਕੱਠੀਆਂ ਹੋ ਜਾਣ ਤੇ ਜਿਹੜੇ ਲੋਕ ਨੇ, ਲੋਕ ਜਾਗਰੂਕ ਹੋ ਕੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹ ਹੁਣ ਨਿਕਲ ਕੇ ਆਈ ਹੈਗੀ, ਮੈਂ ਇਹਨਾਂ ਨੂੰ ਸਲਾਮ ਕਰ ਦਿਆਂਗਾ। ਜਦੋਂ ਇੱਕ ਲੋਕ ਲਹਿਰ ਬਣ ਜਾਂਦੀ ਹੈ ਉਹ ਤਾਂ ਵੱਡੇ ਵੱਡੇ ਤਖਤ ਤੇ ਪਲਟ ਜਾਂਦੇ ਨੇ, ਆਜ਼ਾਦੀ ਮਿਲ ਜਾਂਦੀ ਹੈ, ਤਾਂ ਛੋਟਾ ਜਿਹਾ ਬਿੱਲ ਹੀ ਹੈਗਾ, ਇਹ ਹੁਣ ਕੋਈ ਵੱਡੀ ਗੱਲ ਨਹੀਂ ਰਹੀ। ਜਦੋਂ ਲੋਕ ਲਹਿਰ ਬਣ ਕਾਲੇ ਕਾਨੂੰਨ ਬਣਾਏ ਜਾ ਰਹੇ ਨੇ, ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਨੇ ਸਰਕਾਰਾਂ ਨੇ, ਪੰਜਾਬ ਦੇ ਨਾਲ ਧੋਖਾ ਕਮਾਇਆ ਜਾ ਰਿਹਾ, ਪੂਰੀਆਂ ਪੰਜਾਬ ਦੀਆਂ ਜਿਹੜੇ ਕਿਸਾਨ ਨੇ, ਮਜ਼ਦੂਰ ਨੇ ਅਤੇ ਆੜ੍ਹਤੀ ਭਾਈਚਾਰਾ ਸਾਰੇ ਦਾ ਸਾਰਾ ਸੜਕਾਂ 'ਤੇ, ਪੰਜਾਬ ਦਾ ਬੱਚਾ ਬੱਚਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਵਜੋਂ ਪੰਜਾਬ ਦੀਆਂ ਹਰ ਸੜਕ ਨੂੰ ਜਿਹੜਾ ਜਾਮ ਕੀਤਾ ਹੋਇਆ ਅਤੇ ਪੁਰਜ਼ੋਰ ਮੈਂ ਇੱਕ ਕਿਸਾਨ ਦੀ ਧੀ ਹੋਣ ਨਾਲ ਅਤੇ ਪੁਰਜ਼ੋਰ ਮੈਂ ਇਹਦਾ ਸਮਰਥਨ ਕਰਦੀ ਹਾਂ ਅਤੇ ਅੱਜ ਜਿਹੜੀ ਧਰਨਾ ਜੀ ਦੀ ਅਗਵਾਈ ਕਿਸਾਨਾਂ ਵਜੋਂ ਕੀਤੀ ਜਾ ਰਹੀ ਹੈ ਅਤੇ ਮੈਂ ਪੂਰਨ ਤੌਰ 'ਤੇ ਪੂਰੀ ਸਮਰੱਥਾ ਦੇ ਨਾਲ ਉਸ ਧਰਨੇ ਦਾ ਅੱਜ ਸਮਰਥਨ ਕਰਨ ਦੇ ਲਈ ਇਸ ਧਰਨੇ ਦੇ ਵਿੱਚ। ਹਾਂਜੀ, ਕੀ ਨਾਮ ਤੁਹਾਡਾ ਜੀ? ਸਰੂਪ ਸਿੰਘ ਸਿੱਧੂ, ਜ਼ਿਲ੍ਹਾ ਜਨ ਸਕੱਤਰ ਭਾਰਤੀ ਕਿਸਾਨ ਯੂਨੀਅਨ ਲਖੋਵਾਲ। ਕੀ ਕਹਿੰਦੇ ਤੁਹਾਨੂੰ ਅੱਜ ਸੰਘਰਸ਼ ਕਿਸਾਨਾਂ ਦਾ ਜਿਹੜਾ ਅੱਜ 25 ਸਤੰਬਰ ਪੂਰੇ ਪੰਜਾਬ ਬੰਦ, ਪੂਰਾ ਦੇਸ਼ ਬੰਦ, ਅੱਜ ਮਹਾਰਾਸ਼ਟਰ, ਬਿਹਾਰ, ਯੂਪੀ, ਮੱਧ ਪ੍ਰਦੇਸ਼ ਸਾਰੇ ਟੋਟਲ ਅੱਜ ਭਾਰਤ ਬੰਦ ਹੈ। ਜਿਹੜਾ ਸਾਡਾ ਅੱਜ ਮੇਨ ਮਕਸਦ ਜਿਹੜਾ ਕੀ ਹੈ, ਜਿਹੜੇ ਤਿੰਨ ਆਰਡੀਨੈਂਸ ਮੋਦੀ ਸਰਕਾਰ ਲੈ ਕੇ ਆਈ ਹੈ ਕਾਲੇ ਕਾਨੂੰਨ ਧੱਕੇ ਨਾਲ ਪਾਸ ਕੀਤੇ ਆ, ਉਸ ਦੇ ਖਿਲਾਫ ਅੱਜ ਸਾਡਾ ਵੱਖ ਵੱਖ ਥਾਵਾਂ 'ਤੇ ਮਤਲਬ ਵੀ ਧਰਨੇ ਨੇ ਵੀ ਨੇ, ਪ੍ਰਦਰਸ਼ਨ ਵੀ ਨੇ ਔਰ ਪੰਜਾਬ ਬੰਦ। ਮੈਂ ਪਹਿਲਾਂ ਤਾਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੁੱਚਿਆ ਦੁਕਾਨਦਾਰ ਵੀ ਸਾਰਾ ਟੋਟਲ 'ਚ ਪੰਜਾਬ ਬੰਦ ਆ, ਕੋਈ ਆਵਾਜਾਈ ਨਹੀਂ ਚੱਲ ਰਹੀ। ਦੂਸਰੇ ਪਾਸੇ ਜਿਹੜਾ ਸਾਡਾ ਇਹ